ਮਠਿੰਡਾ ਦੇ ਪਿੰਡ ਦਿਉਣ ਦੇ ਵਿੱਚ ਅਸੀਂ ਮੌਜੂਦ ਹੈ ਤਸਵੀਰਾਂ ਦਿਖਾਉਣੀਆਂ ਹੈ ਖੇਤਾਂ ਦੀਆਂ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਈ ਗਈ ਹੈ ਸਿਆਲਜਾ ਸੀਜ਼ਨ ਜਿਹੜਾ ਸ਼ੁਰੂ ਹੋ ਗਿਆ ਫਸਲਾਂ ਬੀਜਣੀਆਂ ਹੈ ਜਿਸ ਕਰਕੇ ਪਰਾਲੀ ਨੂੰ ਅਗ ਲਗਾ ਕੇ ਕਿਸਾਨਾਂ ਕੋਲ ਕੋਈ ਹੋਰ ਦੂਜਾ ਰਸਤਾ ਨਹੀਂ ਹੈ ਕਿਸਾਨ ਕਹਿ ਰਿਹਾ ਹੈ ਲਗਾਤਾਰ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਉਹਨਾਂ ਨੂੰ 6000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ਾ ਦਿੱਤਾ ਜਾਵੇ ਜਿਸ ਤੋਂ ਬਾਅਦ ਉਹ ਪਰਾਲੀ ਨੂੰ ਨਿਜਿਟ ਸਕਦੇ ਨੇ ਕਿਉਂਕਿ ਡੀਜ਼ਲ ਦਾ ਕਾਫੀ ਖਰਚਾ ਹੁੰਦਾ ਪਰਾਲੀ ਤੇ ਨਿਜਿਟਣ ਵਾਸਤੇ ਉਹਨਾਂ ਕੋਲੇ ਕੋਈ ਦੂਜਾ ਰਸਤਾ ਨਹੀਂ ਹੈ ਇਸ ਕਰਕੇ ਪਰਾਲੀ ਨੂੰ ਮਜਬੂਰਨ ਅੱਗ ਲਾਣੀ ਪੈ ਰਹੀ ਹੈ ਕਿਸਾਨ ਕਹਿ ਰਹੇ ਉਹਨਾਂ ਦਾ ਕੋਈ ਸ਼ੌਕ ਨਹੀਂ ਹੈ ਮਜਬੂਰੀ ਦੇ ਤੌਰ ਤੇ ਉਹਨਾਂ ਨੂੰ ਪਰਾਲੀ ਨੂੰ ਹਰ ਵਾਰ ਅੱਗ ਲਾਉਣੀ ਪੈਂਦੀ ਹੈ ਕਾਰਵਾਈ ਦੀ ਗੱਲ ਕਰੀਏ ਤਾਂ ਕਿਸਾਨ ਕਹਿ ਰਹੇ ਹੈ ਕਾਰਵਾਈ ਕਰਦੀ ਹੈ ਸਰਕਾਰ ਤਾਂ ਕਰੇ ਪੁਲਿਸ ਪ੍ਰਸ਼ਾਸਨ ਕਾਰਵਾਈ ਕਰਦਾ ਤਾਂ ਕਰੇ ਲੇਕਿਨ ਪਰਾਲੀ ਨੂੰ ਇਸੇ ਤਰ੍ਹਾਂ ਅੱਗ ਲਾਉਂਦੇ ਰਹਿਵਾਂਗੇ ਕਿਸਾਨ ਆਗੂ ਸਾਡੇ ਨਾਲ ਨੇ ਕੀ ਨਾਮ ਹੈ ਤੇ ਦੱਸੋ ਪਰਾਲੀ ਨੂੰ ਅੱਗ ਲਾ ਰਹੇ ਹੋ ਨੁਕਸਾਨ ਤਾਂ ਕਾਫੀ ਹੋ ਰਿਹਾ ਹਵਾ ਵੀ ਪ੍ਰਦੂਸ਼ਿਤ ਹੋ ਜਾਂਦੀ ਹੈ ਤੇ ਪੋਲੂਸ਼ਨ ਵੀ ਕਾਫੀ ਫੈਲਦਾ ਮੇਰਾ ਨਾਮ ਹੈ ਰਾਮ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇਖੋ ਵੀ ਜਿਹੜਾ ਇਹ ਪਰਾਲੀ ਨੂੰ ਅੱਗ ਲਾਈ ਹੈ ਇਹ ਸਾਡਾ ਕੋਈ ਸ਼ੌਕ ਤਾਂ ਹੈ ਨਹੀਂਗਾ ਵੀ ਅਸੀਂ ਸ਼ੌਕੀਆ ਤੌਰ ਤੇ ਲਾਈ ਹੈ ਸਾਡੀ ਇੱਕ ਮਜਬੂਰੀ ਬਣੀ ਹੋਈ ਹੈ ਇਹ ਇਹ ਤੋਂ ਬਿਨਾ ਕੋਈ ਹੱਲ ਨਹੀਂ ਸਾਡੇ ਕੋਲੇ ਪਹਿਲਾਂ ਸਾਨੂੰ ਸਪਰੇਅ ਦਿੱਤੀ ਸੀ ਵੀ ਇਹਦੇ ਸਪਰੇਅ ਕਰ ਦਿਓ ਵਿੱਚ ਇਹ ਗਲ ਜੂਗੀ ਪਰ ਸਪਰੇਅ ਕਰੀਆ ਤੁਹਾਡੇ ਸਾਹਮਣੇ ਦੇਖ ਲਓਵੇਂ ਪਈਆ ਕੁਝ ਵੀ ਨਹੀਂ ਸਪਰੇਅ ਨਾਲ ਗਲੀ ਨਹੀਂ ਸਰਕਾਰ ਨੂੰ ਚਾਹੀਦਾ ਸਾਨੂੰ ਕੋਈ ਚੰਗੇ ਸੰਦ ਮਹੀਆ ਕਰਾਏ ਜਾਣ ਸਰਕਾਰ ਸਾਨੂੰ ਜਾਂ ਪਰ ਇਕੜ ਦੇ ਹਿਸਾਬ ਨਾਲ 6000 ਰੁਪਏ ਮੁਆਵਜ਼ਾ ਦੇਵੇ ਫਿਰ ਇਹਨੂੰ ਵਿੱਚੇ ਗਾਲ੍ਹ ਦਗੇ ਕੋਈ ਕਰੀਏ ਹੱਲ ਪਰ ਜਦੋਂ ਸਾਨੂੰ ਸਰਕਾਰਾਂ ਨੇ ਦੇਣਾ ਤਾਂ ਕੁਝ ਹੈ ਨਹੀਂ ਕੱਲੇ ਲਾਰੇ ਆ ਲਾਰਿਆਂ ਨਾਲ ਨਹੀਂ ਸਰਦਾਗਾ ਜਾਂ ਇਹਦਾ ਹੱਲ ਲੱਭਿਆ ਜਾਵੇ ਕੋਈ ਪੱਕਾ ਫਿਰ ਉਹ ਅਸੀਂ ਨਹੀਂ ਜਲਾਵਾਂਗੇ ਨਹੀਂ ਤਾਂ ਫਿਰ ਸਾਡੀ ਇਹ ਮਜਬੂਰੀ ਹੈ ਸਾਨੂੰ ਚਲਾਉਣੀ ਪਊ ਜਿਹੜੀ ਗੱਲ ਤੁਸੀਂ ਪ੍ਰਦੂਸ਼ਣ ਦੀ ਕੀਤੀ ਹੈ ਪ੍ਰਦੂਸ਼ਣ ਸਾਨੂੰ ਵੀ ਪਤਾ ਵੀ ਹੁੰਦਾ ਸਾਡੇ ਵੀ ਬੱਚੇ ਨੇ ਆਣੇ ਆ ਸਾਡੇ ਵੀ ਬੱਚੇ ਹੈਗੇ ਆ ਅਸੀਂ ਵੀ ਬਾਲ ਬੱਚਾ ਵਾਲੇ ਆ ਬਰਕ ਕਰੀਏਗੀ ਸਾਡੀ ਇਹ ਮਜਬੂਰੀ ਬਣੀ ਪਈ ਹੈ ਕੋਈ ਸਾਡਾ ਸ਼ੌਕ ਤਾਂ ਹੈ ਨਹੀਂਗਾ ਮਜਬੂਰੀ ਵਸਾਨੂੰ ਅੱਗੇ ਲਾਉਣੀ ਪੈਂਦੀ ਹੈ ਜੇ ਸਰਕਾਰ ਕੋਈ ਠੋਸ ਇਹਦਾ ਹੱਲ ਲੱਭਦੀ ਹੈ ਤਾਂ ਠੀਕ ਹੈ ਨਹੀਂ ਤਾਂ ਪ੍ਰਾਲੀ ਨੂੰ ਅੱਗੇ ਐਵੇਂ ਲਾਈਵਾਂਗੇ ਚਾਹੇ ਸਰਕਾਰ ਸਾਡੇ ਤੇ ਪਰਚੇ ਕਰੇ ਚਾਹੇ ਸਾਨੂੰ ਕੁਝ ਵੀ ਕਰੇ ਉਹਨਾਂ ਚਿਰ ਪ੍ਰਾਲੀ ਨੂੰ ਅੱਗੇ ਐਵੇਂ ਲਾਵਾਂਗੇ ਪਰ ਸਰਕਾਰ ਨੂੰ ਚਾਹੀਦਾ ਵੀ ਇਹਦਾ ਕੋਈ ਠੋਸ ਹੱਲ ਲੱਭਿਆ ਜਾਵੇ ਤੇ ਜਾਂ ਸਾਨੂੰ 6000 ਰੁਪਏ ਪਰ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ ਫਿਰ ਅੱਗ ਨਹੀਂ ਲਾਵਾਂਗੇ ਨਹੀਂ ਤਾਂ ਫਿਰ ਸਾਡੀ ਮਜਬੂਰੀ ਹੈ ਅੱਗ ਤਾਂ ਲਾਉਣੀ ਪਊ ਅਜਾ ਸਿਹਤ ਖਰਾਬ ਹੋਊਗੀ ਉਸ ਤੋਂ ਡਰ ਨਹੀਂ ਲੱਗਦਾ ਕਾਰਵਾਈ ਤੋਂ ਡਰਨੇ ਲੱਗਦਾ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੂਗੀ ਸੇਤਾ ਜੀ ਹੁਣ ਸਾਨੂੰ ਪਤਾ ਹੀ ਵੀ ਜੇ ਅਸੀਂ ਅੱਗ ਲਾਵਾਂਗੇ ਸੇਤਾ ਖਰਾਬ ਹੋਊਗੀ ਪਰ ਅਸੀਂ ਕਰੀਏ ਕਿ ਸਾਡੀ ਮਜਬੂਰੀ ਹੈ ਜੀ ਸਾਡੀ ਮਜਬੂਰੀ ਅਸੀਂ ਤਾਂ ਗਲਾਉਣੀ ਹੈ ਜਦੋਂ ਸਾਡੇ ਨਿਠਣ ਨਹੀਂ ਚੰਗੀ ਤਰ੍ਹਾਂ ਵਿੱਚ ਹੁੰਦਾ ਵਾਣ ਦੇ ਵਿੱਚ ਅਸੀਂ ਵਿੱਚ ਪਾਉਣੇ ਸਾਡਾ ਖਰਚਾ ਹੁੰਦਾ ਤਿੰਨ ਵਾਰੀ ਅਸੀਂ ਤਮਗਾ ਨ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਵੀ ਸਾਨੂੰ 5 ਤੋਂ 6000 ਰੁਪਏ ਸਾਨੂੰ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਪੈਸੇ ਦੇ ਮੁਆਵਜ਼ੇ ਦੇਵੇ ਤਾਂ ਕਿ ਅਸੀਂ ਇਹਦੇ ਵਿੱਚ ਨਿਘਟਲ ਕੇ ਸਮਾਰ ਕੇ ਨੂੰ ਵਾਅਦਾ ਕਰਕੇ ਵਿੱਚ ਸਾਡਾ ਮਸਲਾ ਫੇਰ ਆ ਰੋਹ ਲਰੂਗਾ ਨਹੀਂ ਤਾਂ ਸਾਡਾ ਢੀਲ ਬਹੁਤ ਮਹਿੰਗਾ ਸਾਡੇ ਪੱਲੇ ਕੱਖ ਨਹੀਂ ਪੈਂਦਾ ਅਸੀਂ ਮੁਆਵਜ਼ੇ ਦੀ ਮੰਗ ਤਾਂ ਲਗਾਤਾਰ ਕਰ ਰਹੇ ਹਾਂ ਕਿਉਂਕਿ ਲਗਾਤਾਰ ਹੀ ਹਰ ਵਾਰੀ ਪ੍ਰਾਲੀ ਨੂੰ ਅੱਗ ਲਾਈ ਜਾਂਦੀ ਹੈ ਸਰਕਾਰ ਕੋਈ ਸੁਣਵਾਈ ਨਹੀਂ ਕਰਦੀ ਸਿੱਧੇ ਤੋਂ ਤੇ ਹੁਣ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹਣਗੇ ਕਿ ਮੁੱਖ ਮੰਤਰੀ ਬਦਲੇ ਆ ਚਰਨਜੀਤ ਸਿੰਘ ਚੰਨੀ ਨਵੇਂ ਮੁੱਖ ਮੰਤਰੀ ਆ ਚੰਨੀ ਸਾਹਿਬ ਨੂੰ ਕੀ ਕਹਿਣਾ ਚਾਹਣਗੇ ਸਾਡੀ ਅਪੀਲ ਹੈ ਜੀ ਇਹ ਚੰਨੀ ਸਾ ਸਾਨੂੰ ਇਹਦਾ ਮਾਅਵਜਾ ਦੇਵੇ ਨਵੇਂ ਸਾਡੇ ਮੁੱਖ ਮੰਤਰੀ ਬਣੇ ਆ ਨਵੇਂ ਸਾਡੇ ਮੁੱਖ ਮੰਤਰੀ ਬਣੇ ਇਸ ਲਈ ਸਾਨੂੰ ਸਾਨੂੰ ਆਸ ਆ ਵੀ ਕੈਪਟਨ ਸਾਹਿਬ ਤੋਂ ਹਟ ਕੇ ਇਹ ਸਾਨੂੰ ਚੰਗੇ ਮੁੱਖ ਮੰਤਰੀ ਸਾਹਿਬ ਮਿਲੇ ਆ ਤੇ ਸਾਨੂੰ ਐ ਵੀ ਸਾਨੂੰ ਮਾਅਵਜਾ ਦੇਣਗੇ ਇਹ ਤਾਂ ਅਸੀਂ ਇਹਦਾ ਹੱਲ ਵਿੱਚ ਕਰ ਲਿਆ ਕਰਾਂਗੇ ਜੇ ਸਾਨੂੰ ਮਾਅਵਜਾ ਨਾ ਦਿੱਤਾ ਫਿਰ ਸਾਡਾ ਕੋਈ ਹੱਲ ਨਹੀਂ ਅਸੀਂ ਅਹੀਂ ਅਗਲਾਵਾਂਗੇ ਜੀ ਲੱਗਦਾ ਹੱਲ ਨਿਕਲੂਗਾ ਮੁੱਖ ਮੰਤਰੀ ਬਦਲ ਗਏ ਪੰਜਾਬ ਦੇ ਹਾਲਾਤ ਵੀ ਬਦਲਣਗੇ ਸਾਨੂੰ ਵੇਖੋ ਆਸਾਂ ਦਾ ਜਿਵੇਂ ਉਹ ਬਹੁਤ ਕੁਝ ਕਰੀ ਜਾਂਦਾ ਹੈ ਚਨੀ ਨੇ ਬਹੁਤ ਵਾਅਦੇ ਕੀਤੇ ਆ ਐਡਾ ਵਧੀਆ ਕਹਿੰਦਾ ਵੀ ਮੈਂ ਮੁੱਖ ਮੰਤਰੀਆਂ ਲੋਕਾਂ ਦੇ ਵਿੱਚ ਵਿਚਰਦਾ ਲੋਕਾਂ ਦਾ ਮੁੱਖ ਮੰਤਰੀ ਆ ਪਰ ਜਦੋਂ ਕੋਈ ਕਰੂਗਾ ਸਾਨੂੰ ਫੇਰ ਪਤਾ ਲੱਗੂਗਾ ਇਕੱਲੇ ਵਾਧਿਆਂ ਨਾਲ ਨਹੀਂ ਛੜਦਾ ਵਾਦੇ ਦਾ ਕੈਪਟਨ ਨੇ ਵੀ ਬਹੁਤ ਕੀਤੇ ਸੀਗੇ ਕਿ ਅਸੀਂ ਐ ਕਰਾਂਗੇ ਜੋ ਕਰਾਂਗੇ ਨੌਕਰੀਆਂ ਦੇਵਾਂਗੇ ਉਹ ਹਲ ਪਰ ਅੱਜ ਤੱਕ ਜਿਹੜੇ ਉਹਦੇ ਵਾਦੇ ਆ ਉਹ ਵਾਦੇ ਵਾਦੇ ਹੀ ਬਣ ਕੇ ਰਹਿ ਗਏ ਆ ਕੋਈ ਸਾਡੇ ਨਾਲ ਵਫਾ ਨਹੀਂ ਹੋਈ ਵਾਦੇ ਉਹ ਜੇ ਸਰਕਾਰ ਸਾਡੀ ਕੋਈ ਬਾਹ ਫੜਨਾ ਚਾਹੁੰਦੀ ਹੈ ਪੰਜਾਬ ਸਰਕਾਰ ਤਾਂ ਸਾਨੂੰ ਕੋਈ ਜਿਵੇਂ ਮਾਫੀਆ 6000 ਰੁਪਿਆ ਪਰ ਇੱਕੜ ਮਾਜਾ ਦੇਵੇ ਤੇ ਜਾਂ ਸਾਡਾ ਕੋਈ ਇਹਦਾ ਹੋਰ 2-3 ਸਾਲ ਲੱਭਿਆ ਜਾਵੇ ਹੁਣ ਇਹਦੇ ਤੇ ਅਸੀਂ ਸਪਰੇਅ ਕਰਕੇ ਵੇਖ ਲਈ ਸਾਰਾ ਕੁਝ ਕਰਿਆ ਪਰ ਇਹ ਪਰਾਲੀ ਦਾ ਕੋਈ ਹੱਲ ਨਹੀਂ ਹੋਇਆ ਵਿੱਚ ਨਹੀਂ ਗਲੀ ਪਰ ਹੁਣ ਸਾਡੀ ਮਜਬੂਰੀ ਸੀ ਮਜਬੂਰ ਨੇ ਅਸੀਂ ਅੱਗ ਲਾਈ ਤੇ ਇਸ ਕਰਕੇ ਸਾਨੂੰ ਅੱਗ ਲਾਉਣੀ ਪਈ ਨਹੀਂ ਸਾਡੇ ਵੀ ਬੱਚੇ ਨਿਆਣੇ ਆ ਸਾਡਾ ਵੀ ਬੁਰਾ ਹਾਲ ਹੈ ਸਾਡੇ ਬੱਚਿਆਂ ਨੂੰ ਕਿਹੜਾ ਕੋਈ ਧੂਆ ਪ੍ਰਦੂਸ਼ਣ ਹੁੰਦਾ ਨਹੀਂ ਵੀ ਸਾਡੇ ਪ੍ਰਦੂਸ਼ਣ ਦਿੱਲੀ ਜਾ ਕੇ ਬਾਲਾ ਹੁੰਦਾ ਪ੍ਰਦੂਸ਼ਣ ਉੱਥੇ ਸਾਡੇ ਨਾਲੋਂ ਵੱਧ ਪ੍ਰਦੂਸ਼ਣ ਹੈ ਸਾਨੂੰ ਸਾਲ ਹੋ ਗਏ ਦਿੱਲੀ ਬੈਠਿਆਂ ਨੂੰ ਸਾਡੀ ਬੈਠਿਆਂ ਤੋਂ ਸਾਨੂੰ ਪਤਾ ਹੈ ਵੀ ਸਾਡੇ ਤੇ ਇੰਨੀ ਨਹੀਂ ਕਾਰਸ ਚੜ ਜਾਂਦੀ ਉੱਥੇ ਬੈਠਿਆਂ ਤੇ ਇੱਕ ਦਿਨ ਚ ਤੇ ਪਰ ਸਰਕਾਰ ਨੂੰ ਚਾਹੀਦਾ ਵੀ ਇਹਦਾ ਕੋਈ ਠੋਸ ਹੱਲ ਲੱਭੇ ਬਸ ਬਿਲਕੁਲ ਕਿਸਾਨ ਨੇ ਪਰਾਲੀ ਨੂੰ ਅੱਗ ਲੋਂਦੇ ਰਹਿਣਗੇ ਜੋ ਤੱਕ ਪੰਜਾਬ ਸਰਕਾਰ ਕੋਈ ਪੱਕਾ ਹੱਲ ਨਹੀਂ ਲੱਭਦੀ ਕਿਸਾਨਾਂ ਨੂੰ ਪੱਕੇ ਤੌਰ ਤੇ ਵਿਸ਼ਵਾਸ ਨਹੀਂ ਦੁਆਇਆ ਜਾਂਦਾ ਜਾਂ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਇਸੇ ਤਰ੍ਹਾਂ ਕਿਸਾਨ ਜਿਹੜੇ ਹੈ ਪਰਾਲੀ ਨੂੰ ਅੱਗ ਲਾਉਂਦੇ ਰਹਿਣਗੇ ਭਾਵੇਂ ਕਿਸ ਤਰ੍ਹਾਂ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਵੇ ਜਾਂ ਪੰਜਾਬ ਸਰਕਾਰ ਕਿਸਾਨਾਂ ਤੇ ਕਿਸ ਤਰ੍ਹਾਂ ਦਾ ਜੁਰਮਾਨਾ ਲਾਵੇ ਆ ਕਿ ਕਾਰਵਾਈ ਕਰੇ ਲੇਕਿਨ ਪੰਜਾਬ ਵਿੱਚ ਕਿਸਾਨ ਇਸੇ ਤਰ੍ਹਾਂ ਪਰਾਲੀ ਨੂੰ ਅੱਗ ਲਾਉਂਦੇ ਰਹਿਣਗੇ ਜੋ ਤੱਕ ਉਨ੍ਹਾਂ ਦਾ ਪੱਕਾ ਹੱਲ ਨਹੀਂ ਕਰ ਦਿੱਤਾ ਜਾਂਦਾ ਕੁਨਾਲ ਮਾਨਸਲ ਜਗਬਾਨੀ ਟੀਵੀ ਪਿੰਡ ਦਿਉਣ ਜ਼ਿਲ੍ਹਾ ਬਠਿੰਡਾ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰੋ ਧੰਨਵਾਦ